ਕਿਸਾਨਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੋ। ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਪੰਜਾਬ 'ਚ ਮੰਤਰੀਆਂ ਅਤੇ ਐੱਮ ਐੱਲ ਏ ਦੇ ਘਰਾਂ ਅੱਗੇ ਕਿਸਾਨਾਂ ਦੀਆਂ ਚੋਣ ਵਾਅਦੇ ਜਿਹੜੀਆਂ ਕਾਂਗਰਸ ਪਾਰਟੀ ਨੇ ਕੀਤੇ ਸੀ ਉਹਨਾਂ ਚੋਣ ਵਾਅਦਿਆਂ ਨੂੰ ਪੂਰੇ ਕਰਾਉਣ ਲਈ, ਉਹਨਾਂ ਦਾ ਯਾਦ ਕਰਾਉਣ ਲਈ ਅੱਜ ਅਸੀਂ ਯਾਦ ਪੱਤਰ ਜਿਹੜੇ ਆ ਉਹ ਮੁੱਖ ਮੰਤਰੀ ਸਾਹਿਬ ਦੇ ਨਾਂ 'ਤੇ ਭੇਜੇ ਆ। ਉਹਦੇ ਵਿੱਚ ਸਰਕਾਰ ਨੇ, ਕੈਪਟਨ ਸਾਹਿਬ ਨੇ ਉਸ ਵੇਲੇ ਸਹੁੰ ਖਾ ਕੇ ਵਾਅਦਾ ਕੀਤਾ ਸੀ ਵੀ ਅਸੀਂ ਸਾਡੀ ਸਰਕਾਰ 'ਚ ਬਣ ਗਈ ਤਾਂ ਪੰਜਾਬ ਦੇ ਸਮੁੱਚੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਜਿਹੜਾ ਉਹ ਮਾਫ਼ ਕਰ ਦਿੱਤਾ ਜਾਊਗਾ। ਪਰ 3 ਸਾਲ ਲੰਘਣ ਦੇ ਬਾਵਜੂਦ ਸਰਕਾਰ ਨੇ ਕਰਜ਼ੇ ਦੇ ਵਿੱਚੋਂ ਸਿਰਫ 4700 ਕਰੋੜ ਰੁਪਈਆ ਮਾਫ਼ ਕੀਤਾ, ਜਿਹੜਾ ਕਿ 2 ਲੱਖ ਦੀ ਰਾਹਤ ਕਿਸਾਨਾਂ ਨੂੰ ਦਿੱਤੀ ਆ। ਉਹਦੇ 'ਚ ਵੀ ਪੰਜਾਬ ਦੇ ਅੰਦਰ 3 ਲੱਖ ਕਿਸਾਨ ਆ ਜਿਹੜਾ 2 ਲੱਖ ਰੁਪਈਏ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ, ਉਹਨਾਂ ਨੂੰ ਜਿਹੜੀ ਇਹ ਰਾਹਤ ਜਿਹੜੀ ਆ ਉਹ ਦਿੱਤੀ ਨਹੀਂ ਗਈ। ਸੋ ਅੱਜ ਕਿਸਾਨਾਂ ਨੂੰ ਉਹ ਸਰਕਾਰ ਨੂੰ ਅਸੀਂ ਇਹ ਯਾਦ ਕਰਾਉਣਾ ਆ ਵੀ ਕਿਸਾਨਾਂ ਦਾ ਸਮੁੱਚਾ ਕਰਜ਼ਾ ਜਿਹੜਾ 10 ਏਕੜ ਤੱਕ ਘੱਟ ਤੋਂ ਘੱਟ ਕਿਸਾਨਾਂ ਦਾ ਸਮੁੱਚਾ ਕਰਜ਼ਾ ਜਿਹੜਾ ਮਾਫ਼ ਕੀਤਾ ਜਾਵੇ। 2 ਲੱਖ ਦੀ ਰਾਹਤ ਜਿਨ੍ਹਾਂ ਦੀ ਬਣਦੀ ਆ ਉਹਨਾਂ ਨੂੰ ਫੌਰੀ ਤੌਰ 'ਤੇ ਦਿੱਤੀ ਜਾਵੇ। ਅੱਜ ਪੰਜਾਬ ਦਾ ਕਿਸਾਨ ਜਿਹੜਾ ਸਰਕਾਰ ਦੇ ਕਰਜ਼ਾ ਮਾਫ਼ੀ ਦੇ ਝਾਂਸੇ 'ਚ ਆ ਕੇ ਬੈਂਕਾਂ 'ਚ ਬਹੁਤ ਬੁਰੀ ਤਰ੍ਹਾਂ ਫਸ ਗਿਆ, ਡਿਫਾਲਟਰ ਹੋ ਗਿਆ, ਜਿੱਥੇ ਅੱਗੇ ਉਹ 4% ਵਿਆਜ ਭਰ ਰਿਹਾ ਅੱਜ 11% ਵਿਆਜ ਭਰ ਰਿਹਾ, ਔਰ ਬੈਂਕਾਂ ਨੇ ਉਹਨਾਂ ਦੇ ਉੱਤੇ ਖਾਲੀ ਚੱਕਾਂ ਦੇ ਆਧਾਰ 'ਤੇ ਕੋਰਟਾਂ 'ਚ ਕੇਸ ਕਰ ਦਿੱਤੇ ਆ। ਕਿਸਾਨ ਆਪਣੀਆਂ ਜ਼ਮਾਨਤਾਂ ਕਰਾਉਂਦੇ ਫਿਰਦੇ ਆ, ਔਰ ਜਿਹੜਾ ਕਿਸਾਨ ਆ ਉਹਨੂੰ ਅੱਜ ਸਰਕਾਰ ਉਹਦੀ ਕੋਈ ਬਾਂਹ ਨਹੀਂ ਫੜ ਰਹੀ।